ਕਿਹਾ ਲਓ ਮਾਸੜ ਜੀ ਲਓ ਰੰਗ ਭਾਗ। ਮੈਂ ਕਿਹਾ ਮੈਂ ਆਉਣਾ ਪਿੰਡ ਦਾ ਗੇੜਾ ਕੱਢ ਕੇ। ਮੈਂ 20 ਰੁਪਏ ਸਾਈਡ ਤੇ ਰੱਖ ਗਿਆ ਤੇ ਮੈਂ ਲਓ ਜੀ ਜਦੋਂ ਪਿੰਡ ਦਾ ਗੇੜਾ ਕੱਢ ਕੇ ਆਇਆ ਤੇ ਮਾਸੜ ਵਾਲਾ ਕੁੱਕੜ ਮੋੜਿਆਂ ਤੇ ਹੋਇਆ ਫਿਰੇ। ਪਤੰਦਰ ਦਾਰੂ ਦੇ ਨਾਲ ਮੇਰੀਆਂ 2 ਬੋਤਲਾਂ ਵੀ ਖਿੱਚ ਗਿਆ, 20 ਵਾਲੀਆਂ ਉਹਦੀ ਵੀ ਚੱਕ ਕੱਢਤੀ। ਲਓ ਜੀ ਮਾਸੜ ਸੌਂ ਗਿਆ ਜਦੋਂ ਸੁਬਾ ਹੋਈ ਸਵੇਰ ਹੋਈ। ਮੈਂ ਕਿਹਾ ਹੁਣ ਮਾਸੜ ਦਾ ਹਾਲ ਚਾਲ ਪੁੱਛੀਏ, ਰਾਤ ਮੇਰੇ ਨਾਲ ਸਭ ਮਾਸੜ ਦਾ ਪੈਕ ਚੈੱਕ ਵੱਧ ਹੋ ਗਿਆ ਨਾ। ਮਾਸੜ ਜਦੋਂ ਸੁਬਾ ਉੱਠਿਆ ਮੈਂ ਕਿਹਾ ਮਾਸੜ ਜੀ ਕਿੱਦਾਂ, ਮੈਂ ਕਿਹਾ ਰਾਤ ਕਿੱਦਾਂ ਲੰਘੀ? ਕਹਿੰਦਾ ਪੁੱਤ ਬਹੁਤ ਵਧੀਆ। ਕਹਿੰਦਾ ਤੁਹਾਡਾ ਤਾਂ ਸਿਸਟਮ ਵੀ ਬਹੁਤ ਵਧੀਆ ਯਾਰ। ਮੈਂ ਕਿਹਾ ਸਾਡਾ ਸਿਸਟਮ ਕੀ ਵਧੀਆ? ਕਹਿੰਦਾ ਪੁੱਤ ਜਦੋਂ ਮੈਂ ਬਾਥਰੂਮ ਕਰਨ ਉੱਠਿਆ ਤੁਹਾਡੇ ਬਾਥਰੂਮ ਦਾ ਦਰਵਾਜ਼ਾ ਖੋਲਿਆ ਆਪੇ ਲਾਈਟ ਜਗ ਪਈ, ਜਦੋਂ ਮੈਂ ਬਾਥਰੂਮ ਦਾ ਦਰਵਾਜ਼ਾ ਬੰਦ ਕਰਾਂ ਆਪੇ ਲਾਈਟ ਬੁੱਝੇ। ਮੈਨੂੰ ਕੋਈ ਸਮਝ ਨਹੀਂ ਆਈ। ਉਦੋਂ ਨੂੰ ਮਗਰ ਮੇਰੀ ਮਾਤਾ ਬੈਠੀ ਸੀ, ਉਹ ਬੋਲ ਪਈ ਕਹਿੰਦੀ ਕੰਜਰਾਂ ਨਪੁੱਤਿਆਂ ਦਾ ਬਹਿ ਗਿਆ ਬੇੜਾ, ਸਾਰੀ ਰਾਤ ਫਰਿੱਜ ਖੋਲ ਖੋਲੀ ਮੂਤੀ ਗਿਆ। ਉਹਨੀ ਪੀ ਲੈਣੀ ਚਾਹੀਦੀ ਹੈ ਪਰ ਹਿਸਾਬ ਨਾਲ ਪੀਣੀ ਚਾਹੀਦੀ ਆ। ਮੈਂ ਹੁਣ ਵੀ ਦੱਸ ਦਿੰਦਾ ਇਹ ਕਦੋਂ ਚੜ੍ਹਦੀ ਆ ਤੇ ਕਦੋਂ ਨਹੀਂ ਚੜ੍ਹਦੀ। ਹੈ ਸ਼ਰੇਆਮ ਜੋ ਪੀਂਦੇ ਤੰਗ ਨਹੀਂ ਕਰਦੀ ਉਹਨਾਂ ਨੂੰ, ਜਿੱਦਾਂ ਅੱਜ ਬਾਈ ਆਟੇ ਪਾਉਂਦਾ ਫਿਰਦਾਣਾ। ਹੈ ਸ਼ਰੇਆਮ ਜੋ ਪੀਂਦੇ ਤੰਗ ਨਹੀਂ ਕਰਦੀ ਉਹਨਾਂ ਨੂੰ ਤੇ ਲੁੱਕ ਲੁੱਕ ਜਿਹੜੇ ਪੀਂਦੇ ਦਾਰੂ ਚੜ੍ਹਦੀ ਉਹਨਾਂ ਨੂੰ। ਕਹਿੰਦੀ ਬਾਈ ਜੀ ਕਿਸੇ ਦੀ ਮਜਬੂਰੀ ਹੁੰਦੀ ਆ, ਜਾਂ ਤਾਂ ਬੰਦਾ ਵੈਸੇ ਪੜਦੇ ਨਾਲ ਪੈਗ ਲਾਉਂਦਾ ਤੇ ਜਾਂ ਫਿਰ ਬੰਦੇ ਦਾ ਨਵਾਂ ਨਵਾਂ ਵਿਆਹ ਆਉਂਦਾ। ਕਹਿੰਦੀ ਇਹ ਜਿਹਾ ਮਾਹੌਲ ਹੁੰਦਾ ਮੈਰਿਜ ਪੈਲਸ ਦੇ ਵਿੱਚ, ਬੰਦਾ ਵਿਆਹ ਤੇ ਗਿਆ ਹੁੰਦਾ ਤੇ ਨਾਲ ਘਰਵਾਲੀ ਵੀ ਗਈ ਹੁੰਦੀ ਆ। ਉਦੋਂ ਆਸਾ ਪਾਸਾ ਵੇਖਦਾ ਕਿ ਘਰਵਾਲੀ ਕਿੱਥੇ ਬੈਠੀ, ਦੂਰ ਬੈਠੀ ਆ, ਤਾਂ ਵੇਟਰ ਨੂੰ ਸਾਦਾ ਕਹਿੰਦਾ ਇੱਧਰ ਨੂੰ ਆ ਜਾ, ਹਲ 20 ਰੁਪਏ ਕੋਕ 'ਚ ਪਾ ਕੇ ਚੱਕ ਦੇ। ਹਾਂ ਸ਼ਰੇਆਮ ਜੋ ਪੀਂਦੇ ਤੰਗ ਨਹੀਂ ਕਰਦੀ ਉਹਨਾਂ ਨੂੰ ਤੇ ਲੁੱਕ ਲੁੱਕ ਜਿਹੜੇ ਪੀਂਦੇ ਦਾਰੂ ਚੜ੍ਹਦੀ ਉਹਨਾਂ ਨੂੰ। ਕਿ ਦੇ ਬੈਟਰ ਨੂੰ ਪੈਸੇ ਕੋਕ 'ਚ ਮਿਕਸ ਕਰਾ ਲੈਂਦੇ, ਕਿ ਦੇ ਬੈਟਰ ਨੂੰ ਪੈਸੇ ਕੋਕ 'ਚ ਮਿਕਸ ਕਰਾ ਲੈਂਦੇ ਫਿਰ ਕੋਕ ਬਹਾਨੇ 5-7 ਮੋਟੇ ਮੋਟੇ ਲਾ ਲੈਂਦੇ, ਫਿਰ ਲੱਖ ਲੈ ਚੀਆਂ, ਫਿਰ ਲੱਖ ਲੈ ਚੀਆਂ ਖਾਣ ਸਿਰਾਂ ਤੋਂ ਫੜਦੀ ਉਹਨਾਂ ਨੂੰ। ਕਿ ਸ਼ਰੇਆਮ ਜੋ ਪੀਂਦੇ ਤੰਗ ਨਹੀਂ ਕਰਦੀ ਉਹਨਾਂ ਨੂੰ ਤੇ ਲੁੱਕ ਲੁੱਕ ਜਿਹੜੇ ਪੀਂਦੇ ਦਾਰੂ ਚੜ੍ਹਦੀ ਉਹਨਾਂ ਨੂੰ। ਬਾਈ ਇੱਕ ਵਾਰੀ ਅਸੀਂ ਇੱਧਰ ਨਾ ਬਠਿੰਡੇ ਵਾਲੀ ਸਾਈਡ ਵਿਆਹ ਦਾ ਪ੍ਰੋਗਰਾਮ ਲਾਇਆ, ਅਸੀਂ ਜਦੋਂ ਪ੍ਰੋਗਰਾਮ ਖਤਮ ਕੀਤਾ ਅਸੀਂ ਸਾਰੇ ਗੱਡੀ 'ਚ ਆ ਕੇ ਬਹਿ ਕੇ, ਆ ਸਾਡਾ ਢੋਲ ਵਾਲਾ ਮੁੰਡਾ ਇਕੱਲਾ ਹੀ ਦਾਰੂ ਵਾਲੇ ਕਾਊਂਟਰ ਨੂੰ ਹੋ ਗਿਆ ਜਾ ਕੇ। ਪਤੰਦਰ ਨੇ 5-7 ਮੋਟੇ ਮੋਟੇ ਠੋਕੇ ਆ ਕੇ ਗੱਡੀ 'ਚ ਬਹਿ ਗਿਆ। ਜਦੋਂ ਗੱਡੀ ਚੱਲੀ ਹਵਾ ਵੱਜੀ, ਦਾਰੂ ਇਹਦੇ ਦਿਮਾਗ ਨੂੰ ਚੜ੍ਹ ਗਈ। ਜਦੋਂ ਅਸੀਂ ਹੁਣ ਇਹਦੇ ਘਰ ਅੱਗੇ ਜਾ ਕੇ ਤਾਰਿਆ ਤਾਂ ਸਾਹਮਣੇ ਦੇ ਘਰ ਵਾਲੀ ਵਿਹੜੇ 'ਚ ਮੰਜਾ ਡਾਹੀ ਬੈਠੀ ਸੀ, ਬੈਠੀ ਤੇ ਜਾਂਦਾ ਪੈਰਾਂ 'ਚ ਡਿੱਗ ਪਿਆ। ਕਹਿੰਦਾ ਭੂਆ ਪੈਰੀ ਪਹਿਲਾਂ ਤੂੰ ਕਦੋਂ ਆਈ ਸੀ? ਵੀ ਲੈਣੀ ਚਾਹੀਦੀ ਹੈ ਪਰ ਹਿਸਾਬ ਨਾਲ ਪੀਣੀ ਚਾਹੀਦੀ ਆ। ਸੋ ਅਸੀਂ ਹੱਸ ਹਸਾਉਣ ਦੀਆਂ ਗੱਲਾਂ ਸੋਈ ਕਰ ਫਿਰ ਬਾਈ ਜੀ ਜਗਦੇਵ ਬਾਈ ਜੀ ਟਾਈਮ ਦੱਸ ਦਿਓ ਜੇ ਬਾਅਦ 'ਚ ਤਾਂ ਕਬੱਡੀ ਵੀ ਕਰਾਉਣੀ ਹੈ ਨਾ, ਰੋਜ਼ ਹਿਸਾਬ ਨਾਲ ਪਾਉਣਾ ਜੀ। ਆਓ ਇੱਕ ਵਾਰ ਫਿਰ ਮਾਲਵੇ ਦੀ ਮਾਨ ਮਤੀ ਸੁਪਰ ਹਿੱਟ ਦੁਕਾਨਾਂ ਜੋੜੀ ਜਨਾਬ ਪਿੰਦੇ ਸ਼ਾਹ ਜੀ ਰਾਜੋ ਵਾਲੀਆ ਤੇ ਬੀਬਾ ਹਰਦੀਪ ਕੌਰ ਬੱਬੂ ਜੀ, ਤੁਹਾਡੀਆਂ ਜ਼ੋਰਦਾਰ ਫਰਮਾਇਸ਼ਾਂ ਦੇ ਨਾਲ ਜਿਹੜੇ ਗੀਤਾਂ ਦੀਆਂ ਤੁਸੀਂ ਫਰਮਾਇਸ਼ਾਂ ਕੀਤੀਆਂ ਉਹਨਾਂ ਗੀਤਾਂ ਦੇ ਨਾਲ ਉਹ ਮਾਨ ਮਤੀ ਖੂਬਸੂਰਤ ਦੁਕਾਨਾਂ ਜੋੜੀ ਜਨਾਬ ਪਿੰਦੇ ਸ਼ਾਹ ਜੀ ਰਾਜੋ ਵਾਲੀਆ ਤੇ ਬੀਬਾ ਹਰਦੀਪ ਕੌਰ ਬੱਬੂ ਜੀ। ਗਾਣੇ ਤੁਹਾਡੀ ਨਜ਼ਰ ਕਬੱਡੀ ਦੇ ਟੂਰਨਾਮੈਂਟ ਵੀ ਉੱਧਰ ਹੋਣੇ ਨੇ, ਇੱਕ ਦੋ ਗੀਤ ਕਹਿ ਕੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਕਿਉਂਕਿ ਜਗਦੇਵ ਦਾ ਬਾਈ ਦਾ ਹੁਕਮ ਹੈ ਵੀ ਬਾਹਲਾ ਚਿਰ ਸਮਾਂ ਨਹੀਂ ਲਾਉਣਾ। ਇੱਕ ਸਾਡਾ ਨਵਾਂ ਗੀਤ ਆਇਆ ਹੁਣੇ ਹੀ ਜ਼ਿੰਦਗੀ, ਉਹ ਤੁਹਾਡੀ ਨਜ਼ਰ ਕਰਦੇ ਹਾਂ। ਜਦੋਂ ਬੰਦਾ ਧੀਆਂ ਪੁੱਤਾਂ ਵਾਲਾ ਹੋ ਜੇ ਤਾਂ ਉਹਨੂੰ ਬੜਾ ਸੋਚ ਸਮਝ ਕੇ ਪੈਰ ਰੱਖਣਾ ਪੈਂਦਾ। ਜਦੋਂ ਅਸੀਂ ਨੌਜਵਾਨੀ ਦਾ ਟਾਈਮ ਲੰਘਾਉਣੇ ਉਦੋਂ ਗੱਲਾਂ ਹੋਰ ਹੁੰਦੀਆਂ ਨੇ,
ਪਰਿਵਾਰ ਬੈਠੇ ਨੇ, ਬਹੁਤ ਪਿਆਰਾ ਗੀਤ ਆ ਸਾਡਾ ਜ਼ਿੰਦਗੀ ਵਿੱਚ, ਜੇ ਥੋੜ੍ਹੇ ਦਿਨ ਹੀ ਹੋ ਗਏ ਉਦੋਂ ਹੀ ਆਇਆ। ਹਾਂ ਗੱਲ ਸੁਣ ਭਗਵਾਨੇ ਵੱਡੇ ਹੋ ਗਏ ਨਿਆਣੇ, ਗੱਲ ਸੁਣ ਭਗਵਾਨੇ ਵੱਡੇ ਹੋ ਗਏ ਨਿਆਣੇ, ਹੁਣ ਸੋਚ ਸਮਝ ਪੈਰ ਧਰੀਏ, ਬੁਢਾਪੇ ਵਾਲੀ ਰੁੱਤ ਚੰਦਰੀ ਜਿਵੇਂ ਕੱਟਣੀ ਵੀ ਔਂਤ ਪੈ ਕੇ ਕਰੀਏ, ਬੁਢਾਪੇ ਵਾਲੀ ਰੁੱਤ ਚੰਦਰੀ ਜਿਵੇਂ ਕੱਟਣੀ ਵੀ ਔਂਤ ਪੈ ਕੇ ਕਰੀਏ, ਬੁਢਾਪੇ ਵਾਲੀ ਰੁੱਤ ਚੰਦਰੀ। ਗੱਲ ਸੁਣ ਭਗਵਾਨੇ ਵੱਡੇ ਹੋ ਗਏ ਨਿਆਣੇ, ਗੱਲ ਸੁਣ ਭਗਵਾਨੇ ਵੱਡੇ ਹੋ ਗਏ ਨਿਆਣੇ, ਹੁਣ ਸੋਚ ਸਮਝ ਪੈਰ ਤਰੀ, ਬੁਢਾਪੇ ਵਾਲੀ ਰੁੱਤ ਚੰਦਰੀ ਕਿਵੇਂ ਕੱਟਣੀ ਵੀ ਉਹ ਤੋਂ ਬਹਿ ਕੇ ਕਰੀਏ, ਬੁਢਾਪੇ ਵਾਲੀ ਰੁੱਤ ਚੰਦਰੀ ਕਿਵੇਂ ਕੱਟਣੀ ਵੀ ਉਹ ਤੋਂ ਬਹਿ ਕੇ ਕਰੀਏ, ਬੁਢਾਪੇ ਵਾਲੀ ਰੁੱਤ ਚੰਦਰੀ। ਜਦੋਂ ਹੋ ਜਾਏ ਛੇਵੀਂ ਸੱਤਵੀਂ ਜਮਾਤ ਚ ਹੁੰਦਾ ਪ੍ਰਵੇਸ਼ ਉਹਦਾ ਔਰਤ ਦੀ ਜਾਤ ਚ, ਧੀ ਜਦੋਂ ਹੋ ਜਾਏ ਛੇਵੀਂ ਸੱਤਵੀਂ ਜਮਾਤ ਚ ਹੁੰਦਾ ਪ੍ਰਵੇਸ਼ ਉਹਦਾ ਔਰਤ ਦੀ ਜਾਤ ਚ। ਧੀ ਜਦੋਂ ਹੋ ਜਾਏ ਛੇਵੀਂ ਸੱਤਵੀਂ ਜਮਾਤ ਚ ਹੁੰਦਾ ਪ੍ਰਵੇਸ਼ ਉਹਦਾ ਔਰਤ ਦੀ ਜਾਤ ਚ। ਮਾਂ ਧੀ ਦੀ ਉਦੋਂ ਆ ਕੇ ਬਣੇ ਗੂੜੀ ਸਾਂਝ, ਮਾਂ ਧੀ ਦੀ ਉਦੋਂ ਆ ਕੇ ਬਣੇ ਗੂੜੀ ਸਾਂਝ, ਪੈਂਦਾ ਸੋਚ ਸਮਝ ਪੈਣਾ ਪੈਣਾ, ਵਾਲੀ ਰੁੱਤ ਚੰਦਰੀ ਅਨੰਦ ਦਾ ਗਣਾ ਜਿਹਦੇ ਨਾਲ ਮੇਰੀ ਜ਼ਿੰਦਗੀ। ਪੁੱਤ ਜਦੋਂ ਲੱਗ ਜੇ ਬੰਨਣ ਪਾ ਕੇ ਆਪ ਬੇ, ਅਸਲ ਚ ਬੰਦਾ ਹੈ ਉਦੋਂ ਬਣਦਾ ਹੈ ਬਾਪ ਬੇ। ਜਦੋਂ ਲੱਗ ਜੇ ਬੰਨਣ ਪਾ ਕੇ ਆਪ ਬੇ, ਅਸਲ ਚ ਬੰਦਾ ਹੈ ਉਦੋਂ ਬਣਦਾ ਹੈ ਬਾਪ ਬੇ। ਵਾਲੀ ਰੁੱਤ ਚੰਦਰੀ ਕਿਵੇਂ ਕੱਟਣੀ ਵੀ ਉਹ ਤੋਂ ਬਹਿ ਕੇ ਕਰੀਏ, ਬੁਢਾਪੇ ਵਾਲੀ ਰੁੱਤ ਚੰਦਰੀ ਕਿਵੇਂ ਕੱਟਣੀ ਵੀ ਉਹ ਤੋਂ ਬਹਿ ਕੇ ਕਰੀਏ, ਬੁਢਾਪੇ ਵਾਲੀ ਰੁੱਤ ਚੰਦਰੀ। ਬੁਢਾਪੇ ਵਾਲੀ ਰੁੱਤ ਚੰਦਰੀ ਕਿਵੇਂ ਕੱਟਣੀ ਵੀ ਉਹ ਤੋਂ ਬਹਿ ਕੇ ਕਰੀਏ, ਬੁਢਾਪੇ ਵਾਲੀ ਰੁੱਤ ਚੰਦਰੀ ਕਿਵੇਂ ਕੱਟਣੀ ਵੀ ਉਹ ਤੋਂ ਬਹਿ ਕੇ ਕਰੀਏ, ਬੁਢਾਪੇ ਵਾਲੀ ਰੁੱਤ ਚੰਦਰੀ। ਓ ਲੜਕੀ ਨੀ ਤੂੰ ਲੜਕੀ ਨੀ,